ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਘਰੇਲੂ ਬਗੀਚੀ ਦਿਖਾਵਾਂਗੇ। ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਆਪਣੇ ਘਰਾਂ ਦੇ ਵਿੱਚ ਹੀ ਸਬਜ਼ੀਆਂ ਨੂੰ ਉਗਾਉਂਦੇ ਆ। ਤੁਸੀਂ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਬਣੇ ਰਹੋ, ਅਸੀਂ ਤੁਹਾਨੂੰ ਵੱਖੋ ਵੱਖਰੀਆਂ ਸਬਜ਼ੀਆਂ ਦਿਖਾਵਾਂਗੇ ਖੇਤਾਂ ਦੇ ਵਿੱਚ ਉਗੀਆਂ ਹੋਈਆਂ। ਦੋਸਤੋ ਜ਼ਿਆਦਾਤਰ ਸਬਜ਼ੀਆਂ ਦੇ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਘਰੇਲੂ ਬਗੀਚੀ ਦੇ ਵਿੱਚ ਹਲਦੀ ਵੀ ਬੀਜੀ ਗਈ ਸੀ ਜੋ ਕਿ ਹੁਣ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਜਦੋਂ ਇਹ ਕੱਚੀ ਹੁੰਦੀ ਹੈ ਉਦੋਂ ਹਰੀ ਹੁੰਦੀ ਹੈ, ਤੁਸੀਂ ਦੇਖ ਸਕਦੇ ਆ ਕਿਉਂਕਿ ਹਲੇ ਕੁਝ ਕੁ ਇਹਦੇ ਪੌਦੇ ਜਿਹੜੇ ਆ ਉਹ ਹਰੇ ਦਿਖਾਈ ਦੇ ਰਹੇ ਆ ਪਰ ਉਹ ਵਿਛ ਚੁੱਕੇ ਹੈਗੇ ਜ਼ਮੀਨ ਤੇ ਤੇ ਆਹ ਜਿਹੜੀ ਹਲਦੀ ਹੈਗੀ ਹੈ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਇਹ ਇਸ ਤਰ੍ਹਾਂ ਨਹੀਂ ਪੱਟੀ ਜਾ ਸਕਦੀ ਕਿਉਂਕਿ ਜ਼ਮੀਨ ਦੇ ਵਿੱਚ ਕਾਫੀ ਡੂੰਘੀ ਹੁੰਦੀ ਹੈ। ਤੁਹਾਨੂੰ ਮੈਂ ਫਿਰ ਵੀ ਥੋੜ੍ਹੀ ਜਿਹੀ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗੀ ਕਿ ਜਦੋਂ ਆਪਾਂ ਪੂਰੀ ਫਰੈਸ਼ ਹਲਦੀ ਨੂੰ ਤੋੜਦੇ ਹਾਂ ਤਾਂ ਕਿੱਦਾਂ ਦੀ ਹੁੰਦੀ ਹੈ। ਪੂਰਾ ਜ਼ੋਰ ਲੱਗ ਗਿਆ ਮੇਰੇ ਇਹਨੂੰ ਤੋੜਨ ਲੱਗਿਆ। ਤੁਸੀਂ ਦੇਖ ਸਕਦੇ ਆ ਕਿਉਂਕਿ ਪਿਓਰ ਹਲਦੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੁੰਦੀ ਹੈਗੀ ਹੈ। ਇਹ ਆਪਾਂ ਕੁਝ ਕੁ ਹਿੱਸਾ ਤੁਹਾਨੂੰ ਤੋੜ ਕੇ ਦਿਖਾਇਆ ਹੈਗਾ ਆ। ਜ਼ਮੀਨ ਦੇ ਵਿੱਚ ਹਲਦੀ ਇਸ ਤਰ੍ਹਾਂ ਉਗਾਈ ਜਾਂਦੀ ਆ ਅਤੇ ਫਰੈਸ਼ ਹਲਦੀ ਜਿਹੜੀ ਹੈਗੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੁੰਦੀ ਅਤੇ ਕਾਫੀ ਜ਼ਿਆਦਾ ਜਿਹੜੀ ਹੈ ਇਹਦੇ ਵਿੱਚ ਚੰਗੇ ਗੁਣ ਮੌਜੂਦ ਹੁੰਦੇ ਆ। ਦੋਸਤੋ ਇਹ ਲਸਣ ਬੀਜਿਆ ਗਿਆ ਕੁਝ ਮਹੀਨੇ ਪਹਿਲਾਂ, ਜਿਹੜਾ ਲਸਣ ਬੀਜਿਆ ਗਿਆ ਸੀਗਾ ਹੁਣ ਇਹ ਕਾਫੀ ਹੱਦ ਤੱਕ ਤਿਆਰ ਹੋ ਚੁੱਕਾ ਹੈ ਪਰ ਹਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਹੈਗਾ। ਆਉਣ ਵਾਲੇ ਕੁਝ ਕੁ ਮਹੀਨਿਆਂ ਦੇ ਵਿੱਚ ਇਸ ਨੂੰ ਪੱਟਿਆ ਜਾਏਗਾ। ਮੈਂ ਤੁਹਾਨੂੰ ਇੱਕ ਲਸਣ ਦੀ ਤੂਰੀ ਪੱਟ ਕੇ ਦਿਖਾਉਂਦੀ ਹੈਗੀ ਹੈ ਕਿ ਕਿੱਦਾਂ ਦਾ ਨੀਚੋਂ ਹੁੰਦਾ ਹੈਗਾ ਜਦੋਂ ਛੋਟਾ ਹੁੰਦਾ। ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਹ ਜਿਹੜਾ ਲਸਣ ਹੈਗਾ ਆ ਹਲੇ ਅਸੀਂ ਇਹਨੂੰ ਪੱਟਿਆ ਹੈਗਾ, ਇਹਦੇ ਵਿੱਚ ਸਿਰਫ ਹਲੇ ਕੋਈ ਤੂਰੀ ਨਹੀਂ ਬਣੀ ਹੈਗੀ, ਸਿਰਫ ਇੱਕੋ ਹੀ ਗੱਠ ਬਣੀ ਹੋਈ ਹੈ। ਹੌਲੀ ਹੌਲੀ ਇਹ ਵਧੇਗਾ, ਵਧਣ ਤੋਂ ਬਾਅਦ ਜਿਹੜਾ ਹੈ ਇੱਕ ਪੂਰਾ ਰੂਪ ਅਖਤਿਆਰ ਕਰੇਗਾ। ਹੁਣ ਤੁਹਾਨੂੰ ਮੈਂ ਦਿਖਾਉਂਦੀ ਹਾਂ ਮੂਲੀਆਂ। ਇਹ ਜਿਹੜੀਆਂ ਹੈਗੀਆਂ ਘਰੇਲੂ ਬਗੀਚੀ ਦੇ ਵਿੱਚ ਬੀਜੀਆਂ ਗਈਆਂ ਹੈਗੀਆਂ ਨੇ। ਜ਼ਿਆਦਾਤਰ ਪਿੰਡਾਂ ਦੇ ਲੋਕ ਜਿਹੜੇ ਆ ਉਹ ਫਰੈਸ਼ ਚੀਜ਼ਾਂ ਖਾਂਦੇ ਹੈਗੇ। ਤੁਸੀਂ ਦੇਖ ਸਕਦੇ ਹੋ ਫਰੈਸ਼ ਮੂਲੀ ਹੈਗੀ ਆ ਖੇਤਾਂ ਦੇ ਵਿੱਚ। ਲੋਕ ਜਦੋਂ ਮੂਲੀਆਂ ਨੂੰ ਉਗਾਉਂਦੇ ਆ ਉਸ ਤੋਂ ਬਾਅਦ ਪੱਟ ਕੇ ਜਿਹੜਾ ਇਹ ਘਰਾਂ ਨੂੰ ਲਿਜਾਇਆ ਜਾਂਦਾ ਅਤੇ ਫਿਰ ਜਿਹੜਾ ਹੈਗਾ ਇਹਨੂੰ ਸਲਾਦ ਦੇ ਤੌਰ 'ਤੇ ਵਰਤਿਆ ਜਾਂਦਾ ਆ। ਤੁਹਾਨੂੰ ਮੈਂ ਗਾਜਰਾਂ ਦਿਖਾਵਾਂਗੀ, ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਕ ਵੱਟ ਦੇ ਉੱਤੇ ਗਾਜਰਾਂ ਨੂੰ ਬੀਜਿਆ ਗਿਆ ਆ। ਖੇਤਾਂ ਦੇ ਵਿੱਚੋਂ ਜਦੋਂ ਇਹਨਾਂ ਨੂੰ ਪੱਟਿਆ ਜਾਂਦਾ ਕਿਸ ਤਰੀਕੇ ਦੇ ਨਾਲ ਪੱਟਿਆ ਜਾਂਦਾ ਉਹ ਆਪਾਂ ਦੇਖਦੇ ਹੈਗੇ ਹਾਂ। ਇਸ ਗਾਜਰ ਨੂੰ ਜਿਹੜਾ ਹੈਗਾ ਆ ਮਿੱਟੀ ਦੇ ਵਿੱਚੋਂ ਇਸ ਤਰ੍ਹਾਂ ਉਖਾੜਿਆ ਜਾਂਦਾ, ਉਖਾੜਨ ਤੋਂ ਬਾਅਦ ਜਿਹੜੀ ਹੈ ਗਾਜਰ ਨੂੰ ਧੋ ਕੇ ਜਿਹੜਾ ਹੈਗਾ ਆ ਫਿਰ ਇਸਦੀ ਸਬਜ਼ੀ ਬਣਾਈ ਜਾਂਦੀ ਹੈ। ਹੁਣ ਦੋਸਤੋ ਅਸੀਂ ਤੁਹਾਨੂੰ ਦਿਖਾਵਾਂਗੇ ਪਿਆਜ਼। ਘਰੇਲੂ ਬਗੀਚੀ ਦੇ ਵਿੱਚ ਜਿਹੜਾ ਪਿਆਜ਼ ਉਗਾਇਆ ਗਿਆ ਹੈਗਾ ਇਹਦੇ ਉੱਪਰ ਜਿਹੜੀਆਂ ਭੂਕਾਂ ਲੱਗੀਆਂ ਹੋਈਆਂ ਹੈਗੀਆਂ ਨੇ ਜਦੋਂ ਇਹਨੂੰ ਜ਼ਮੀਨ 'ਚੋਂ ਪੱਟਦੇ ਹੈਗੇ ਆ ਇਹ ਇਸ ਤਰ੍ਹਾਂ ਦਾ ਹੁੰਦਾ। ਹਲੇ ਛੋਟਾ ਹੈਗਾ ਆ, ਜਦੋਂ ਵੱਡਾ ਹੋਏਗਾ ਫਿਰ ਹੋਰ ਵੀ ਵਧੀਆ ਜਿਹੜਾ ਬਣ ਜਾਏਗਾ ਇਹ ਪਿਆਜ਼। ਤੁਸੀਂ ਦੇਖ ਸਕਦੇ ਹੋ ਕਿਉਂਕਿ ਨੀਚੇ ਕਾਫੀ ਜ਼ਿਆਦਾ ਜੜ੍ਹਾਂ ਨੇ। ਦੋਸਤੋ ਜਦੋਂ ਕਿਸੇ ਵੀ ਸਬਜ਼ੀ ਨੂੰ ਬਣਾਇਆ ਜਾਂਦਾ ਹੈ ਤਾਂ ਉਹਦੀ ਗਾਰਨਿਸ਼ਿੰਗ ਕੀਤੀ ਜਾਂਦੀ ਹੈ। ਵੱਖੋ ਵੱਖਰੇ ਤਰੀਕਿਆਂ ਦੇ ਨਾਲ ਲੋਕ ਜਿਹੜੇ ਗਾਰਨਿਸ਼ਿੰਗ ਕਰਦੇ ਹੈਗੇ। ਤੁਸੀਂ ਦੇਖ ਸਕਦੇ ਇੱਥੇ ਧਨੀਆ ਲੱਗਿਆ ਹੋਇਆ ਆ। ਜ਼ਿਆਦਾਤਰ ਲੋਕ ਜਿਹੜਾ ਆ ਧਨੀਏ ਦੀ ਸਬਜ਼ੀ ਦੇ ਵਿੱਚ ਵਰਤੋਂ ਕਰਦੇ ਆ। ਹਰਾ ਹਰਾ ਧਨੀਆ ਸਬਜ਼ੀ ਦੇ ਵਿੱਚ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਆ। ਇਹ ਧਨੀਆ ਜਿਹੜਾ ਆ ਇਸ ਤਰੀਕੇ ਦੇ ਨਾਲ ਉਗਦਾ ਹੈਗਾ ਆ। ਲੋਕ ਜਿਹੜਾ ਇਸ ਨੂੰ ਤੋੜਦੇ ਹੈਗੇ, ਤੋੜਨ ਤੋਂ ਬਾਅਦ ਉਹ ਜਿਹੜਾ ਹੈਗਾ ਆ ਸਬਜ਼ੀ ਦੇ ਵਿੱਚ ਇਸ ਦੀ ਵਰਤੋਂ ਕਰਦੇ ਆ। ਤੁਸੀਂ ਦੇਖ ਸਕਦੇ ਹੈਗੇ ਕਿ ਹਰਾ ਹਰਾ ਧਨੀਆ ਕਿੰਨਾ ਵਧੀਆ ਲੱਗ ਰਿਹਾ ਆ। ਤੁਸੀਂ ਦੇਖ ਸਕਦੇ ਹੈਗੇ ਕਿ ਇੱਥੇ ਘਰੇਲੂ ਬਗੀਚੀ ਦੇ ਵਿੱਚ ਟਮਾਟਰ ਲੱਗੇ ਹੋਏ ਆ ਜਿਹੜੇ ਕਿ ਹਲੇ ਹਰੇ ਨੇ। ਇਹਨਾਂ ਟਮਾਟਰਾਂ ਨੂੰ ਜਿਹੜਾ ਮਹੀਨਾ ਦੋ ਮਹੀਨੇ ਪਹਿਲਾਂ ਉਗਾਇਆ ਗਿਆ ਸੀਗਾ, ਹੁਣ ਇਹਨਾਂ ਦੇ ਉੱਤੇ ਫਲ ਲੱਗ ਚੁੱਕਾ ਹੈਗਾ। ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿੱਚ ਇਹਨਾਂ ਟਮਾਟਰਾਂ ਨੇ ਹਰੇ ਹੋ ਜਾਣਾ। ਤੁਸੀਂ ਦੇਖ ਸਕਦੇ ਹੋ ਕਿ ਟਮਾਟਰਾਂ ਦੇ ਨਾਲ ਹੀ ਜਿਹੜਾ ਪਾਲਕ ਨੂੰ ਬੀਜਿਆ ਗਿਆ। ਪਾਲਕ ਜਿਹੜੀ ਹੈ ਕਾਫੀ ਵਾਰ ਵੱਢੀ ਜਾ ਚੁੱਕੀ ਹੈਗੀ, ਇਸ ਤੋਂ ਜਿਹੜਾ ਬਹੁਤ ਸਾਰੀਆਂ ਸਬਜ਼ੀਆਂ ਨੂੰ ਤਿਆਰ ਕੀਤਾ ਜਾ ਚੁੱਕਾ ਹੈਗਾ। ਮੇਥੇ ਲੱਗੇ ਹੋਏ ਆ ਅਤੇ ਮੇਥੇ ਵੀ ਜਿਹੜੇ ਆ ਕਿ ਉਹ ਵੱਢ ਲਏ ਗਏ ਆ ਅਤੇ ਕੁਛ ਹਜੇ ਲੱਗੇ ਹੋਏ ਆ। ਤੁਹਾਨੂੰ ਦੱਸਦੇ ਆ ਕਿ ਮੇਥੇ ਜਿਹੜੇ ਹੈਗੇ ਆ ਇਹ ਇਕੱਲਾ ਇਕੱਲਾ ਤੋੜਨਾ ਪੈਂਦਾ ਹੈਗਾ ਆ। ਇਹਨਾਂ ਨੂੰ ਤੋੜਨਾ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ ਕਿਉਂਕਿ ਇਕੱਲਾ ਇਕੱਲਾ ਤੋੜਨਾ ਪੈਂਦਾ ਅਤੇ ਸਮਾਂ ਲੱਗਦਾ ਆ। ਉਵੇਂ ਮੁਸ਼ਕਲ ਨਹੀਂ ਹੈਗਾ ਪਰ ਤੋੜਨ ਦੇ ਲਈ ਸਮਾਂ ਜ਼ਰੂਰ ਲੱਗਦਾ। ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਮੇਥੀ ਲੱਗੀ ਹੋਈ ਹੈ। ਮੇਥੀ ਜਿਹੜੀ ਹੈਗੀ ਹੈ ਉਹ ਵੀ ਕਾਫੀ ਜ਼ਿਆਦਾ ਸੰਘਣੀ ਜਿਹੜੀ ਆ ਉੱਗੀ ਹੋਈ ਹੈ। ਉਸ ਦੇ ਨਾਲ ਹੀ ਧਨੀਆ ਬੀਜਿਆ ਹੋਇਆ ਜਿਨ੍ਹਾਂ ਨੂੰ ਸਾਰੀਆਂ ਸਬਜ਼ੀਆਂ ਦੀ ਸ਼ਾਨ ਮੰਨਿਆ ਜਾਂਦਾ ਆ। ਧਨੀਏ ਤੋਂ ਬਿਨਾਂ ਜਿਹੜਾ ਹੈਗਾ ਆ ਇੱਕ ਤਾਂ ਗਾਰਨਿਸ਼ਿੰਗ ਨਹੀਂ ਹੁੰਦੀ ਹੈਗੀ, ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਵੱਖਰਾ ਹੀ ਸਵਾਦ ਜਿਹੜਾ ਸਬਜ਼ੀ ਦੇ ਵਿੱਚ ਆ ਜਾਂਦਾ ਆ ਧਨੀਏ ਦੇ ਨਾਲ। ਧਨੀਏ ਦੇ ਨਾਲ ਹੀ ਜਿਹੜਾ ਹੈਗਾ ਆ ਗੋਭੀ ਨੂੰ ਬੀਜਿਆ ਗਿਆ। ਹਲੇ ਛੋਟੀ ਹੈਗੀ ਆ, ਆਉਣ ਵਾਲੇ ਕੁਝ ਕੁ ਮਹੀਨਿਆਂ ਦੇ ਵਿੱਚ ਜਿਹੜਾ ਆ ਇਹਦੇ ਗੋਭੀ ਤਿਆਰ ਹੋ ਜਾਣੀ ਹੈ। ਦੋਸਤੋ ਤੁਸੀਂ ਪਪੀਤਾ ਬਹੁਤ ਵਾਰੀ ਖਾਧਾ ਹੋਏਗਾ, ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਦਰਖਤ ਦੇ ਉੱਤੇ ਪਪੀਤਾ ਕਿਵੇਂ ਲੱਗਿਆ ਹੁੰਦਾ ਹੈ। ਤੁਸੀਂ ਦੇਖ ਸਕਦੇ ਹੈਗੇ ਕਿ ਦਰਖਤ ਦੇ ਉੱਤੇ ਬਹੁਤ ਸਾਰੇ ਪਪੀਤੇ ਲੱਗੇ ਹੋਏ ਹੈਗੇ ਆ। ਉੱਪਰ ਉੱਪਰ ਜਿਹੜਾ ਆ ਇਹ ਨਵੇਂ ਨਵੇਂ ਲੱਗਦੇ ਜਾ ਰਹੇ ਹੈਗੇ, ਨੀਚੇ ਪੱਕਦੇ ਜਾ ਰਹੇ ਆ। ਪਪੀਤਾ ਜਿਹੜਾ ਪੱਕ ਚੁੱਕਾ ਹੈਗਾ ਪਰ ਅਸੀਂ ਇਹਨੂੰ ਹਲੇ ਖਾ ਨਹੀਂ ਸਕਦੇ ਕਿਉਂਕਿ ਇਹਨੂੰ ਜਿਹੜਾ ਪਹਿਲਾਂ ਉਤਾਰਿਆ ਜਾਏਗਾ। ਉਤਾਰਨ ਤੋਂ ਬਾਅਦ ਜਿਹੜਾ ਆ ਕੁਝ ਦਿਨ ਅਖਬਾਰ ਦੇ ਵਿੱਚ ਲਪੇਟ ਕੇ ਰੱਖਿਆ ਜਾਏਗਾ, ਫਿਰ ਇਹ ਖਾਣ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ। ਦਰਸ਼ਕੋ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਘਰੇਲੂ ਬਗੀਚੀ ਨੂੰ ਵੇਖ ਕੇ ਤੁਹਾਨੂੰ ਚੰਗਾ ਲੱਗਾ ਹੋਵੇਗਾ। ਸਾਡੇ ਇਸ ਚੈਨਲ ਨੂੰ ਜਿਹੜਾ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰਨਾ ਕਦੇ ਨਾ ਭੁੱਲਣਾ।